ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ। ਜਲੰਧਰ ਦੇ ਵਿੱਚ ਮੀਂਹ ਦੇ ਕਾਰਨ ਇੱਕ ਸ਼ਖਸ ਦੀ ਜਾਨ ਚਲੀ ਗਈ। ਦਰਅਸਲ ਇੱਥੋਂ ਦੇ ਕਿਸ਼ਨਪੁਰਾ ਇਲਾਕੇ ਦੇ ਵਿੱਚ ਇੱਕ ਸ਼ਖਸ ਮੀਂਹ ਪੈਣ ਤੇ ਜਦੋਂ ਆਪਣੀ ਤੀਸਰੀ ਮੰਜ਼ਿਲ ਤੇ ਕੁਝ ਕੰਮ ਕਰ ਰਿਹਾ ਸੀ ਤਾਂ ਅਚਾਨਕ ਉਹ ਸ਼ਖਸ ਤੀਜੀ ਮੰਜ਼ਿਲ ਤੋਂ ਗਲੀ ਦੇ ਵਿੱਚ ਆ ਡਿੱਗ ਗਿਆ, ਜਿਸ ਕਾਰਨ ਮੌਕੇ ਤੇ ਹੀ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਖਸ ਦੇ ਸਿਰ ਵਿੱਚ ਡੂੰਘੀ ਸੱਟ ਵੱਜ ਗਈ, ਜਿਸ ਕਾਰਨ ਉਸਨੂੰ ਹਸਪਤਾਲ ਲਿਜਾਣ ਦਾ ਮੌਕਾ ਵੀ ਨਹੀਂ ਮਿਲਿਆ ਤੇ ਉਸਨੇ ਦਮ ਤੋੜ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਨਿਤਿਨ ਜੋਸ਼ੀ ਨਾਂ ਦਾ ਬੰਦਾ, ਇਹਦੀ 40-42 ਸਾਲ ਏਜ ਸੀਗੀ। ਇਹ ਕਿਸ਼ਨਪੁਰਾ ਏਰੀਏ ਦੇ ਵਿੱਚ ਸਵੇਰੇ ਕੋਈ 7:30 ਵਜੇ ਕੋਠੇ 'ਤੇ ਚੜ੍ਹਿਆ ਆਪਣੇ, ਇਹਦਾ ਰਾਤ ਕੋਠੇ 'ਤੇ ਸੁਤਾਣਾ, ਇਹਦਾ ਕੋਠੇ 'ਤੇ ਸੀਗਾ ਇਹਦਾ ਜਿਹੜਾ ਫੋਲਡਿੰਗ ਮੰਜਾ ਸੀਗਾ, ਉਹਨੂੰ ਇਕੱਠਾ ਕਰਕੇ ਅਤੇ ਥੱਲੇ ਉਤਰ ਲੱਗਾ ਸੀ। ਇਹਦਾ ਸੱਡਨ ਇਹਦਾ ਪੈਰ ਸਲਿਪ ਕੀਤਾ ਅਤੇ ਜਿਹੜਾ ਕੋਠੇ ਤੋਂ ਜਿਹੜਾ ਬਨੇਰੇ ਤੋਂ ਥੱਲੇ ਡਿੱਗ ਗਿਆ, ਜਿਹਦੇ ਨਾਲ ਇਹਦੀ ਮੌਕੇ 'ਤੇ ਹੀ ਮੌਤ ਹੋ ਗਈ। ਸੋ ਹੁਣ ਅਸੀਂ ਜਿਹੜਾ ਇਹਦੀ ਵਾਈਫ ਦੇ ਬਿਆਨ 'ਤੇ 174 ਦੀ ਜਿਹੜੀ ਕਾਰਵਾਈ ਕਰ ਰਹੇ ਹਾਂ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।